ਚੋਰਾਂ ਨੂੰ ਜਿਹੜਾ ਹੈ ਪੁਲਿਸ ਦਾ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ। ਇੱਕ ਇਹੋ ਜਿਹਾ ਹੀ ਮਾਮਲਾ ਰਾਜਪੁਰਾ ਦੀ ਗੋਬਿੰਦ ਕਲੋਨੀ ਦੇ ਵਿੱਚ ਹੋਇਆ, ਜਿੱਥੇ ਕਿ ਇੱਕ ਬਜ਼ੁਰਗ ਮਹਿਲਾ ਤੋਂ ਬੜੇ ਹੀ ਸ਼ਾਤਰ ਤਰੀਕੇ ਨਾਲ ਇੱਕ ਚੋਰ, ਇੱਕ ਠੱਗ ਜਿਹੜਾ ਹੈ ਆਇਆ ਅਤੇ ਉਸਨੇ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਨੂੰ ਚਾਹ ਪੀਣ ਦੇ ਬਹਾਨੇ ਨਾਲ ਕੋਈ ਚੀਜ਼ ਸੁੰਘਾਈ ਅਤੇ ਉਸ ਲੇਡੀ ਦੇ ਉਹਨੂੰ ਬੇਹੋਸ਼ ਕਰਕੇ ਉਸ ਲੇਡੀ ਦੇ ਗਹਿਣੇ, ਬਜ਼ੁਰਗ 72 ਸਾਲ ਦੀ ਬਜ਼ੁਰਗ ਦੇ ਗਹਿਣੇ ਅਤੇ ਆਦਿ ਸਮਾਨ ਲੈ ਕੇ ਉਹ ਫਰਾਰ ਹੋ ਗਿਆ। ਗੋਬਿੰਦ ਕਲੋਨੀ ਦੇ ਮਕਾਨ ਨੰਬਰ 5 ਵਿੱਚ ਖੜ੍ਹੇ ਹਾਂ ਅਤੇ ਇੱਥੇ ਜਿਹੜੀ ਹੈ ਇਸ ਘਟਨਾ ਨੂੰ ਉਸ ਬੰਦੇ ਨੇ ਅੰਜਾਮ ਦਿੱਤਾ ਅਤੇ ਇਹਦੇ ਅੰਦਰ ਅਸੀਂ ਚੱਲਦੇ ਹਾਂ। ਘਰ ਦੇ ਮੈਂਬਰ ਜਿਹੜੇ ਅੰਦਰ ਮੌਜੂਦ ਹੈ, ਉਹ ਲੇਡੀ ਜਿਹੜੀ ਬਜ਼ੁਰਗ ਅੰਦਰ ਮੌਜੂਦ ਹੈ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਆਉਣਗੇ, ਮੈਂ ਤੁਹਾਨੂੰ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਾ। ਪਹਿਲੇ ਉਹਨੂੰ ਦੱਸਿਆ ਉਹ ਠੱਗ ਜਿਹੜਾ ਸੀ ਕਿ ਚੋਰ ਜਿਹੜਾ ਸੀਗਾ ਉਹ ਉਰੇ ਆ ਕੇ ਬੈਠਾ, ਫਿਰ ਉਸ ਤੋਂ ਬਾਅਦ ਜਦ ਮਾਤਾ ਜੀ ਜਿਹੜੀ ਚਾਹ ਬਣਾਉਣ ਵਾਸਤੇ ਚਲੇ ਗਏ ਉਹਦੇ ਵਾਸਤੇ ਅਤੇ ਉਹ ਆਪਣੇ ਆਪ ਹੀ ਜਿਹੜਾ ਹੈ ਮਕਾਨ ਦੇ ਅੰਦਰ ਦਾਖਲ ਹੋ ਗਿਆ। ਉਸ ਠੱਗ ਨੇ ਤੁਹਾਨੂੰ ਬੜਾ ਮਤਲਬ ਬੜੇ ਤਰੀਕੇ ਦੇ ਨਾਲ ਜਿਹੜਾ ਗੱਲਾਂ ਚਲਾ ਕੇ ਕੋਈ ਚੀਜ਼ ਮਤਲਬ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਕੀ ਚੀਜ਼ ਸੁੰਘਾਈ, ਤੁਹਾਨੂੰ ਕੀ ਕੀਤਾ, ਉਸ ਤੋਂ ਬਾਅਦ ਕੀ ਹੋਇਆ? ਮੈਂ ਕਾਲੀ ਮਿਰਚ ਅੰਦਰ ਲੈਣ ਗਈ, ਹੁਣ ਪਤਾ ਨਹੀਂ ਜਦ ਮੈਂ ਕਾਲੀ ਮਿਰਚ ਲੈਣ ਗਈ ਉਹਨੇ ਉਹਦੇ ਵਿੱਚ ਕੁਛ ਪਾਇਆ ਜਾਂ ਨਹੀਂ ਪਾਇਆ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੈਨੂੰ ਕਿਆ ਸੁੰਘਾਇਆ, ਕਿਆ ਪਿਲਾਇਆ, ਬਸ ਮੈਂ ਇੱਥੇ ਬੇਹੋਸ਼ ਹੋ ਗਈ। ਮੈਂ ਕਿਹਾ ਮੰਮੀ, ਮੈਨੂੰ ਲੱਗਿਆ, ਮੈਂ ਕਿਹਾ ਮੰਮੀ ਤੁਹਾਡੇ ਕੰਨਾਂ 'ਚ ਵਾਲੀਆਂ ਹੁੰਦੀਆਂ ਸੀ, ਇਹ ਗਹਿਣੇ ਉਹ ਹੈ ਨਹੀਂ। ਮੈਂ ਕਿਹਾ ਹੋਰ ਕੀ ਕੀ ਗਾਇਬ ਹੈ? ਤਾਂ ਮੰਮੀ ਨੇ ਕਿਹਾ ਮੈਂ ਕੜੇ ਵੀ ਗਾਇਬ ਹੈ, ਮੇਰੀ ਰਿੰਗ ਵੀ ਗਾਇਬ ਹੈ, ਮੇਰੀ ਚੇਨ ਵੀ ਗਾਇਬ ਹੈ। ਅਸੀਂ ਜਿਹੜੇ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਇਸ ਔਰ ਧਿਆਨ ਦੇਣ, ਇੱਕ ਬਜ਼ੁਰਗ ਔਰਤ ਨੂੰ ਘਰ ਵੜ ਕੇ ਸਰੇਆਮ, ਇੰਨੀ ਪੌਸ਼ ਏਰੀਆ ਗੋਬਿੰਦ ਕਲੋਨੀ ਮੰਨਿਆ ਜਾਂਦਾ ਹੈ ਰਾਜਪੁਰਾ ਸ਼ਹਿਰ ਦਾ, ਉੱਥੇ ਇੱਕ ਬਜ਼ੁਰਗ ਔਰਤ ਨੂੰ ਆ ਕੇ ਸਰੇਆਮ ਉਹਨਾਂ ਦੇ ਗਹਿਣੇ ਲੁੱਟ ਕੇ ਲੈ ਜਾਣਾ, ਉਹਨਾਂ ਨੂੰ ਬੇਹੋਸ਼ ਕਰਨਾ, ਇੱਕ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਵੀ ਖੜ੍ਹਾ ਕਰਦਾ ਹੈ। दुनिया भर की ये ताज़ा अपडेट्स के लिए न्यूज 89 चैनल को अभी सब्सक्राइब करें और क्लिक करें बेल आइकन पर। धन्यवाद। मैं हां संदीप चौधरी ते तुसी देख रहे हो तुहाडा अपना वेब न्यूज चैनल न्यूज 89। जिवें कि राजपुरे दे विच दिन प्रतिदिन यही सुनने नूं मिलदा है कि अज उत्थे स्नैचिंग होगी, अज उत्थे चोरी होगी, उत्थे डकैती होगी, लेकिन पुलिस जिहड़ी है इस ते कोई भी कार्रवाई नहीं कर रही। ਚੋਰਾਂ ਨੂੰ ਜਿਹੜਾ ਹੈ ਪੁਲਿਸ ਦਾ ਡਰ ਬਿਲਕੁਲ ਖਤਮ ਹੋ ਚੁੱਕਿਆ ਹੈ। ਇੱਕ ਇਹੋ ਜਿਹਾ ਹੀ ਮਾਮਲਾ ਰਾਜਪੁਰਾ ਦੀ ਗੋਬਿੰਦ ਕਲੋਨੀ ਦੇ ਵਿੱਚ ਹੋਇਆ, ਜਿੱਥੇ ਕਿ ਇੱਕ ਬਜ਼ੁਰਗ ਮਹਿਲਾ ਤੋਂ ਬੜੇ ਹੀ ਸ਼ਾਤਰ ਤਰੀਕੇ ਨਾਲ ਇੱਕ ਚੋਰ, ਇੱਕ ਠੱਗ ਜਿਹੜਾ ਹੈ ਆਇਆ ਅਤੇ ਉਸਨੇ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਨੂੰ ਚਾਹ ਪੀਣ ਦੇ ਬਹਾਨੇ ਨਾਲ ਕੋਈ ਚੀਜ਼ ਸੁੰਘਾਈ ਅਤੇ ਉਸ ਲੇਡੀ ਦੇ ਉਹਨੂੰ ਬੇਹੋਸ਼ ਕਰਕੇ ਉਸ ਲੇਡੀ ਦੇ ਗਹਿਣੇ, ਬਜ਼ੁਰਗ 72 ਸਾਲ ਦੀ ਬਜ਼ੁਰਗ ਦੇ ਗਹਿਣੇ ਅਤੇ ਆਦਿ ਸਮਾਨ ਲੈ ਕੇ ਉਹ ਫਰਾਰ ਹੋ ਗਿਆ। ਜਿਹੜਾ ਕਿ ਨਾਲ ਲੱਗੇ ਘਰ ਦੇ ਨਾਲ ਉਰੇ ਨੇੜੇ CCTV ਕੈਮਰੇ ਲੱਗੇ ਹੈ, ਉਹਦੇ ਵਿੱਚ ਉਹ ਕੁਛ ਦੇਖਿਆ ਜਾ ਰਿਹਾ ਵੀ ਕੋਈ ਬੰਦਾ ਆਇਆ, ਦੋ ਵਾਰੀ ਆਇਆ, ਇੱਕ ਵਾਰੀ ਪਹਿਲਾਂ ਆਇਆ, ਉਸ ਤੋਂ ਬਾਅਦ ਦੂਸਰੀ ਵਾਰੀ ਉਹਨੇ ਦੇਖਿਆ ਵੀ ਘਰ ਲੇਡੀ ਬਜ਼ੁਰਗ ਇਕੱਲੀ ਹੈ, ਉਸ ਤੋਂ ਬਾਅਦ ਉਸਨੇ ਇਸ ਘਟਨਾ ਨੂੰ ਅੰਜਾਮ ਦਿਆ। ਅਸੀਂ ਗੋਬਿੰਦ ਕਲੋਨੀ ਦੇ ਮਕਾਨ ਨੰਬਰ 5 ਵਿੱਚ ਖੜ੍ਹੇ ਹਾਂ ਅਤੇ ਇੱਥੇ ਜਿਹੜੀ ਹੈ ਇਸ ਘਟਨਾ ਨੂੰ ਉਸ ਬੰਦੇ ਨੇ ਅੰਜਾਮ ਦਿੱਤਾ ਅਤੇ ਇਹਦੇ ਅੰਦਰ ਅਸੀਂ ਚੱਲਦੇ ਹਾਂ। ਘਰ ਦੇ ਮੈਂਬਰ ਜਿਹੜੇ ਅੰਦਰ ਮੌਜੂਦ ਹੈ, ਉਹ ਲੇਡੀ ਜਿਹੜੀ ਬਜ਼ੁਰਗ ਅੰਦਰ ਮੌਜੂਦ ਹੈ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਆਉਣਗੇ, ਮੈਂ ਤੁਹਾਨੂੰ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਾ। ਉਹ ਬੰਦਾ ਜਦ ਪਹਿਲੀ ਵਾਰੀ ਆਇਆ, ਉਸਨੇ ਜਿਹੜਾ ਹੈ ਜਦ ਉਸਨੇ ਇਸ ਘਟਨਾ ਨੂੰ ਅੰਜਾਮ ਤਾਂ ਪਹਿਲੇ ਉਸਨੇ ਆ ਕੇ ਇਸ ਚੀਜ਼ ਨੂੰ ਦੇਖਿਆ ਕਿ ਲੇਡੀ ਘਰ ਵਿੱਚ ਇਕੱਲੀ ਹੈ ਅਤੇ ਉਸਨੇ ਇਸ ਚੀਜ਼ ਦਾ ਜਿਹੜਾ ਫਾਇਦਾ ਚੱਕਿਆ। ਉਸ ਤੋਂ ਬਾਅਦ ਉਹ ਦੁਬਾਰਾ ਤੋਂ ਇਸ ਘਰ ਵਿੱਚ ਆਇਆ, ਉਹਨੇ ਚਾਹ ਦਾ ਬਹਾਨਾ ਕੀਤਾ ਵੀ ਮੇਰਾ ਸਿਰ ਦਰਦ ਹੋ ਰਿਹਾ, ਮੈਨੂੰ ਚਾਹ ਬਣਾ ਦਿਉ ਮਾਤਾ ਜੀ। ਮਾਤਾ ਜੀ ਨੂੰ ਕਿਹਾ ਚਾਹ ਬਣਾਉਣ ਵਾਸਤੇ, ਮਾਤਾ ਜੀ ਨੇ ਉਹਨੂੰ ਚਾਹ ਬਣਾ ਕੇ ਦਿੱਤੀ। ਪਹਿਲਾਂ ਜੋ ਮਾਤਾ ਜੀ ਨੇ ਦੱਸਿਆ, ਜਿਹੜੇ 72 ਸਾਲ ਦੇ ਮਾਤਾ ਜੀ ਹੈਗੇ ਅੰਦਰ ਮੌਜੂਦ ਹੈ, ਪਹਿਲੇ ਉਹਨੂੰ ਦੱਸਿਆ ਉਹ ਠੱਗ ਜਿਹੜਾ ਸੀ ਕਿ ਚੋਰ ਜਿਹੜਾ ਸੀਗਾ ਉਹ ਉਰੇ ਆ ਕੇ ਬੈਠਾ, ਫਿਰ ਉਸ ਤੋਂ ਬਾਅਦ ਜਦ ਮਾਤਾ ਜੀ ਜਿਹੜੀ ਚਾਹ ਬਣਾਉਣ ਵਾਸਤੇ ਚਲੇ ਗਏ ਉਹਦੇ ਵਾਸਤੇ ਅਤੇ ਉਹ ਆਪਣੇ ਆਪ ਹੀ ਜਿਹੜਾ ਹੈ ਮਕਾਨ ਦੇ ਅੰਦਰ ਦਾਖਲ ਹੋ ਗਿਆ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਮੇਰੇ ਪਿੱਛੇ ਆਉਣਗੇ। ਇਹ ਉਹ ਮਕਾਨ ਹੈ ਜਿੱਥੇ ਕਿ ਉਹ ਠੱਗ ਜਿਹੜਾ ਆਇਆ ਅਤੇ ਇੱਕ ਬਜ਼ੁਰਗ ਲੇਡੀ ਨੂੰ ਜਿਹੜਾ ਹੈ ਠੱਗ ਕੇ ਚਲਾ ਗਿਆ। ਇਹ ਪਰਿਵਾਰ ਬੈਠੇ ਆ ਸਾਡੇ ਨਾਲ, ਇਹ ਮਾਤਾ ਜੀ ਜਿਹੜੇ ਮੌਜੂਦ ਹੈ, ਇਹ ਉਹਨਾਂ ਦੇ ਬੇਟੇ ਜਿਹੜੇ ਉਸ ਟਾਈਮ ਘਰ 'ਚ ਮੌਜੂਦ ਨਹੀਂ ਸੀ, ਉਸਨੇ ਇਸੀ ਚੀਜ਼ ਦਾ ਫਾਇਦਾ ਚੱਕਿਆ। ਇਸ ਟਾਈਮ ਇਹਨਾਂ ਦੇ ਘਰ ਜਿਹੜਾ ਹੈ ਇਹਨਾਂ ਦੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ, ਉਹ ਪੁੱਛਣ ਆ ਰਹੇ ਹੈ ਜੋ ਵੀ ਇਹਨਾਂ ਦੇ ਨਾਲ ਘਟਨਾ ਹੋਈ ਹੈ। ਅਸੀਂ ਵੀ ਜਿਹੜਾ ਨਿਊਜ਼ 89 ਉਰੇ ਆਇਆ, ਕਿਉਂਕਿ ਪੁਲਿਸ ਇਸ ਔਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਇਹ ਠੱਗ, ਇਹ ਚੋਰ ਜਿਹੜੇ ਵੀ ਹੈਗੇ ਬੰਦੇ, ਇਹ ਸਰੇਆਮ ਜਿਹੜਾ ਹੈ ਘੁੰਮਦੇ ਹੈ, ਮੂੰਹ 'ਤੇ ਪੱਟੀਆਂ ਬੰਨ ਕੇ ਘੁੰਮਦੇ, ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਮੋਟਰਸਾਈਕਲ 'ਤੇ ਕੋਈ ਨੰਬਰ ਨਹੀਂ ਹੁੰਦਾ, ਟ੍ਰੈਫਿਕ ਪੁਲਿਸ 'ਤੇ ਸਵਾਲੀਆ ਨਿਸ਼ਾਨ ਹੈ। ਉਹ ਬਗੈਰ ਨੰਬਰ ਵਾਲੇ ਮੋਟਰਸਾਈਕਲ 'ਤੇ ਮੂੰਹ 'ਤੇ ਟਕੇ ਜਿਹੜੇ ਲੋਕ ਘੁੰਮ ਰਹੇ ਹੈ, ਉਹਨਾਂ ਨੂੰ ਕਿਉਂ ਨਹੀਂ ਰੋਕ ਕੇ ਪੁੱਛਦੀ? ਉਹ ਸਰੇਆਮ ਜਿਹੜਾ ਹੈ ਮਹਿਲਾਵਾਂ ਦੇ ਪਰਸ, ਮੋਬਾਈਲ ਆਦਿ ਛਿੰਦੇ ਫਿਰਦੇ ਆ, ਉਹਨਾਂ ਨੂੰ ਕੋਈ ਡਰ ਨਹੀਂ। ਆਪਾਂ ਮਾਤਾ ਜੀ ਨਾਲ ਇਸ ਟਾਈਮ ਆਪਾਂ ਗੱਲਬਾਤ ਕਰਾਂਗੇ, ਮਾਤਾ ਜੀ ਮੌਜੂਦ ਹੈ, ਜੋ ਘਟਨਾ ਮਾਤਾ ਜੀ ਨਾਲ ਹੋਈ ਹੈ। ਮਾਤਾ ਜੀ ਕੀ ਗੱਲ ਹੋ ਗਈ ਸੀ ਉਸ ਦਿਨ, ਇਹ ਬੰਦਾ ਤੁਹਾਨੂੰ ਪਹਿਲਾਂ ਜਾਣਦਾ ਸੀਗਾ ਜਿਹੜਾ ਆਇਆ ਸੀ ਤੁਹਾਡੇ ਘਰ? ਨਹੀਂ, ਮੈਨੂੰ ਤਾਂ ਨਹੀਂ ਜਾਣਦਾ ਸੀਗਾ, ਬਸ ਮੈਨੂੰ ਸਵੇਰੇ ਜਦ ਆਇਆ ਨਾ ਇਹਨਾਂ ਦਾ ਅਫਸੋਸ ਕਰਿਆ ਹੈਗਾ, ਮੈਂ ਕਿਹਾ ਸ਼ਾਇਦ ਇਹਨਾਂ ਦਾ ਕੋਈ ਸਟੂਡੈਂਟ ਹੋਣਾ, ਮੈਂ ਸੋਚ ਚਲਾ ਗਿਆ।
ਤੁਹਾਡੇ ਹਸਬੰਡ ਦੀ ਡੈਥ ਹੋ ਚੁੱਕੀ ਹੈ? ਹਾਂਜੀ। ਅੱਛਾ, ਉਹਨੇ ਕਿਹਾ ਵੀ ਉਹ ਉਹਨਾਂ ਦਾ ਸਟੂਡੈਂਟ ਸੀ, ਅਫਸੋਸ ਕਰਨ ਆਇਆ? ਹਾਂ, ਮੈਂ ਉਹਨਾਂ ਦਾ ਅਫਸੋਸ ਕਰਨ ਆਇਆ ਵੀ ਮੈਨੂੰ ਹੁਣੇ ਪਤਾ ਲੱਗਿਆ ਮੈਂ ਬਾਹਰ ਗਿਆ ਹੋਇਆ। ਠੀਕ ਹੈ ਜੀ, ਫਿਰ ਉਹ ਚਲਾ ਗਿਆ। ਹਾਂਜੀ, ਫਿਰ ਕਹਿੰਦਾ ਮੈਂ ਨਾ ਇੱਕ ਫਾਰਮ ਭਰਾਉਣ ਆਉਣਾ ਤੁਹਾਡੇ ਤੋਂ। ਹਾਂਜੀ, ਉਹ 1:15 ਵਜੇ ਆਇਆ। ਠੀਕ ਹੈ ਜੀ। ਤੇ ਫਾਰਮ ਫੁਰਮ ਉਹਦੇ ਕੋਲ ਕੋਈ ਨਹੀਂ ਸੀਗਾ, 2 ਘੀਆ ਚੱਕੇ ਹੋਏ ਸੀਗੇ। ਕਹਿੰਦੇ ਮੈਂ ਤੁਹਾਡੇ ਲਈ ਇਹ ਘੀਆ ਲਿਆਇਆ। ਮੈਂ ਕਿਹਾ ਵੀ ਮੈਨੂੰ ਤਾਂ ਚਾਹੀਦੇ ਨਹੀਂ ਹੈ, ਮੈਂ ਤਾਂ ਖਾਂਦੇ ਨਹੀਂ ਘੀਆ ਖੂਹ ਹੈਗਾ। ਫਿਰ ਮੈਨੂੰ ਕਹਿੰਦਾ ਮੈਨੂੰ ਬੁਖਾਰ ਹੋਇਆ ਹੋਇਆ, ਮੇਰੀ ਨਾ ਤਬੀਅਤ ਖਰਾਬ ਹੈ, ਠੰਡ ਲੱਗ ਰਹੀ ਹੈ। ਮੈਂ ਉਹਨੂੰ ਬਰਾਂਡੇ 'ਚ ਬਿਠਾਇਆ, ਮੈਂ ਕਿਹਾ ਤੂੰ ਇੱਥੇ ਬੈਠ, ਮੈਂ ਤੈਨੂੰ ਚਾਹ ਦਾ ਕੱਪ ਬਣਾ ਦਿੰਦੀ ਹਾਂ, ਵੀ ਠੀਕ ਹੋ ਜਾਏਗਾ। ਮੈਂ ਕਮਰੇ 'ਚ ਕਿਚਨ 'ਚ ਚਾਹ ਬਣਾਉਣ ਗਈ, ਉਹ ਉੱਠ ਕੇ ਇੱਥੇ ਕਮਰੇ 'ਚ ਇੱਥੇ ਆ ਗਿਆ। ਠੀਕ ਹੈ ਜੀ। ਮੈਂ ਚਾਹ ਬਣਾ ਕੇ ਲਿਆਈ ਤਾਂ ਮੈਨੂੰ ਕਹਿੰਦਾ ਇਹਦੇ 'ਚ ਨਮਕ ਪਾ ਦਿਓ। ਠੀਕ ਹੈ ਜੀ। ਮੈਂ ਇੱਥੋਂ ਹੀ ਨਮਕ ਪਾਇਆ ਟੇਬਲ ਤੋਂ। ਫਿਰ ਕਹਿੰਦਾ ਇਹਦੇ 'ਚ ਕਾਲੀ ਮਿਰਚ ਪਾ ਦਿਓ। ਮੈਂ ਕਾਲੀ ਮਿਰਚ ਅੰਦਰ ਲੈਣ ਗਈ, ਹੁਣ ਪਤਾ ਨਹੀਂ ਜਦ ਮੈਂ ਕਾਲੀ ਮਿਰਚ ਲੈਣ ਗਈ ਉਹਨੇ ਉਹਦੇ ਵਿੱਚ ਕੁਛ ਪਾਇਆ ਜਾਂ ਨਹੀਂ ਪਾਇਆ। ਮੈਨੂੰ ਕਹਿੰਦਾ ਥੋੜ੍ਹੀ ਜਿਹੀ ਚਾਹ ਲੈ ਲਓ। ਮੈਂ ਕਿਹਾ ਵੀ ਮੈਂ ਚਾਹ ਨਹੀਂ ਪੀਵਾਂਗੀ ਕਿਉਂਕਿ ਮੇਰਾ ਖਾਣੇ ਦਾ ਟਾਈਮ ਹੋ ਰਿਹਾ ਹੈਗਾ, ਮੈਂ ਕੁਛ ਨਹੀਂ ਹੈਗਾ। ਹੈਂ, ਕਹਿੰਦਾ ਚਾਹ ਫਟ ਗਈ। ਚਾਹ ਫਟ ਗਈ, ਮੈਂ ਕਿਹਾ ਚੱਲ ਮੈਂ ਤੈਨੂੰ ਨਾ ਬਈ ਨਿੰਬੂ ਵਾਲੀ ਲੈਮਨ ਵਾਲੀ ਚਾਹ, ਮੈਂ ਉਹ ਚਾਹ ਡੋਲ ਆਈ। ਮੈਂ ਉਹਨੂੰ ਮਤਲਬ ਉਸ ਠੱਗ ਨੇ ਤੁਹਾਨੂੰ ਬੜਾ ਮਤਲਬ ਬੜੇ ਤਰੀਕੇ ਦੇ ਨਾਲ ਜਿਹੜਾ ਗੱਲਾਂ ਚਲਾ ਕੇ ਕੋਈ ਚੀਜ਼ ਮਤਲਬ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਕੀ ਚੀਜ਼ ਸੁੰਘਾਈ ਤੁਹਾਨੂੰ, ਕੀ ਕੀਤਾ, ਉਸ ਤੋਂ ਬਾਅਦ ਕੀ ਹੋਇਆ? ਹਾਂ, ਬਸ ਮੈਂ ਉਹ ਜਿਵੇਂ ਲੈਮਨ ਵਾਲੀ ਚਾਹ ਇੱਥੇ ਲਾ ਕੇ ਦੇਈ, ਮੈਂ ਇੱਥੇ ਬੈਠ ਗਈ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੈਨੂੰ ਕਿਆ ਸੁੰਘਾਇਆ, ਕਿਆ ਪਿਲਾਇਆ, ਬਸ ਮੈਂ ਇੱਥੇ ਬੇਹੋਸ਼ ਹੋ ਗਈ। ਕੀ ਚੀਜ਼ ਮਾਤਾ ਜੀ ਤੁਹਾਡੇ ਤੋਂ ਲੈ ਕੇ ਚਲਾ ਗਿਆ? ਕੀ ਚੀਜ਼ਾਂ ਉਹਨੇ ਤੁਹਾਡੇ ਤੋਂ? ਉਹ ਮੇਰੀ ਬੈਂਗਲ ਸੀ ਜੀ, ਹਾਂਜੀ, 31 ਗ੍ਰਾਮ ਦਾ ਇਹ 2 ਬੈਂਗਲ ਲੈ ਗਿਆ। ਇੱਕ ਮੇਰੀ ਚੈਨ ਸੀਗੀ 2 ਤੋਲੇ ਦੀ, ਉਹ ਜਿਹੜੀ ਟਿਕੜੀ ਸੀਗੀ ਡਾਇਮੰਡ ਦੀ, ਔਰ ਟੋਪਸ ਸੀ ਨਾਲ, ਸਹਾਰੇ ਸੀਗੇ ਨਾਲ, ਇੱਥੇ ਦੀ ਰਿੰਗ ਸੀ। ਮਤਲਬ ਤੁਹਾਨੂੰ ਇਹ ਕਨਫਰਮ ਹੋ ਗਿਆ? ਤੁਹਾਨੂੰ ਕਿਹਨਾਂ ਨੇ ਆ ਕੇ ਦੇਖਿਆ ਜਦ ਤੁਸੀਂ ਉਰੇ ਕਾਰ 'ਚ ਪਏ ਹੋਏ ਸੀ, ਕਿਹਨਾਂ ਨੇ ਚੱਕਿਆ? ਉਸ ਤੋਂ ਬਾਅਦ ਮੈਂ ਦੱਸ ਦਊਂਗਾ। ਇਹ ਇਹਨਾਂ ਦੇ ਬੇਟੇ ਜਿਹੜੇ ਮੌਜੂਦ ਹੈ ਉਸ ਤੋਂ ਬਾਅਦ ਜਿਹੜਾ ਹੈ ਇਹ ਦੱਸਣਗੇ ਵੀ ਉਸ ਤੋਂ ਬਾਅਦ ਕੀ ਹੋਇਆ ਮਾਤਾ ਜੀ ਨਾਲ, ਮਾਤਾ ਜੀ ਕਿਹੜੀ ਹਾਲਤ 'ਚ ਇਹਨਾਂ ਨੂੰ ਮਿਲੇ? ਸਰ ਕੀ ਕਹਿਣਾ ਚਾਹੋਗੇ? ਕਿਉਂਕਿ ਮੈਂ ਉਸ ਟਾਈਮ ਘਰ 'ਚ ਨਹੀਂ ਸੀ ਅਤੇ ਮੈਂ ਬਾਹਰ ਗਿਆ ਸੀ, ਅਤੇ ਮੈਂ ਦਿੱਲੀ ਸੀਗਾ, ਅਤੇ ਸਾਡੇ ਕਿਰਾਏਦਾਰ ਨੇ ਉਹਨਾਂ ਨੇ ਆ ਕੇ ਉਹਨਾਂ ਨੇ ਕਿਹਾ ਵੀ ਨੋਰਮਲੀ ਮੰਮੀ ਸਾਡੇ 4 ਵਜੇ ਲਾਈਟ ਔਨ ਕਰ ਜਾਂਦੇ ਵੀ, ਅਤੇ 5 ਵਜੇ ਤੋਂ ਉੱਤੇ ਟਾਈਮ ਹੋ ਗਿਆ ਇਹਨਾਂ ਨੇ ਲਾਈਟ ਨਹੀਂ ਔਨ ਕੀਤੀ। ਅਤੇ ਉਹਨਾਂ ਨੇ ਆਪਣੀ ਮਿਸਿਸ ਨੂੰ ਕਿਹਾ ਵੀ ਜਾ ਕੇ ਆਂਟੀ ਨੇ ਦੇਖ ਵੀ ਆਂਟੀ ਕਿੱਥੇ ਹੈ, ਵੀ ਕੀ ਉਹ ਕੁਛ ਠੀਕ ਵੀ ਹੈ ਕਿ ਕੁਛ ਗੜਬੜ ਤਾਂ ਨਹੀਂ। ਤਾਂ ਉਹਨਾਂ ਨੇ 5:30 ਆ ਕੇ ਦੇਖਿਆ ਤਾਂ ਉਦੋਂ ਵੀ ਲਾਈਟ ਔਫ ਹੀ ਸੀਗੀ, ਤਾਂ ਮੰਮੀ ਇੱਥੇ ਸੋਫੇ 'ਤੇ ਬੇਹੋਸ਼ ਪਏ ਸੀ, ਅਤੇ ਉਹ ਕਹਿੰਦੇ ਉਲਟੀ ਨਾਲ ਭਰੇ ਪਏ ਸੀ, ਅਤੇ ਉਹ ਕਹਿੰਦੇ ਉਲਟੀ ਐਵੇਂ ਲੱਗਦੀ ਸੀ ਜਿਵੇਂ 2-3 ਘੰਟੇ ਤੋਂ ਉੱਤੇ ਹੋ ਗਏ, ਸੁੱਕੀ ਪਈ ਸੀ ਸਾਰੀ। ਫਿਰ ਉਹਨੇ ਮੰਮੀ ਦੇ ਫੋਨ ਜਿਹੜੇ ਦੂਜੇ ਕਮਰੇ ਸੀ ਉੱਥੋਂ ਉਹਨਾਂ ਨੇ ਡਾਕਟਰ ਸਾਹਿਬ ਨੂੰ, ਅਤੇ ਉਸ ਤੋਂ ਬਾਅਦ ਸਾਡੇ ਮੇਰੇ ਕਜ਼ਨਸ ਨੂੰ ਫੋਨ ਕੀਤਾ, ਅਤੇ ਉਹ ਐਂਬੂਲੈਂਸ ਆ ਕੇ ਇਹਨਾਂ ਨੂੰ ਟੈਸਟ ਵਗੈਰਾ ਲਏ, ਇਹਨਾਂ ਨੇ MRI ਕਰਾਈ। ਉਦੋਂ ਤੱਕ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਦਾ ਕੀ ਵਾਪਰ ਹੈ, ਅਤੇ ਉਦੋਂ ਤੱਕ ਇਹ ਅੰਦਾਜ਼ਾ ਲਾਈ ਜਾ ਰਿਹਾ ਸੀ ਵੀ ਸ਼ਾਇਦ ਇਹਨਾਂ ਨੂੰ ਮਿਰਗੀ ਦਾ ਦੌਰਾ ਪਿਆ। ਅਤੇ ਉਸ ਤੋਂ ਬਾਅਦ ਮੈਂ ਦਿੱਲੀ ਤੋਂ ਉਸੇ ਰਾਤ ਟੈਕਸੀ ਫੜ ਕੇ ਵਾਪਸ ਆਇਆ, ਅਤੇ ਅਗਲੇ ਦਿਨ ਮੰਮੀ ਨੂੰ ਮੈਂ ਪੁੱਛਿਆ, ਮੈਂ ਕਿਹਾ ਮੰਮੀ ਤੁਹਾਨੂੰ ਮਿਰਗੀ ਦਾ ਦੌਰਾ ਨਹੀਂ ਪੈ ਸਕਦਾ ਕਿਉਂਕਿ 72 ਸਾਲ ਦੀ ਉਮਰ 'ਚ ਮਿਰਗੀ ਨਹੀਂ ਸ਼ੁਰੂ ਹੁੰਦੀ, ਕਿ ਤੁਹਾਨੂੰ ਕੋਈ ਤੁਹਾਡੇ ਨਾਲ ਜਾਂ ਤਾਂ ਕੋਈ ਬੰਦਾ ਆਇਆ ਸੀ ਜਾਂ ਜਨਾਨੀ ਆਈ ਸੀ, ਤੁਸੀਂ ਸੋਚ ਕੇ ਦੱਸੋ। ਮੰਮੀ ਉਦੋਂ ਹੋਸ਼ ਨਹੀਂ ਸੀ ਕਿਉਂਕਿ ਦਵਾਈਆਂ 'ਤੇ ਅਸਰ ਸੀਗਾ ਉਹਨਾਂ ਦਾ। ਥੋੜ੍ਹੀ ਦੇਰ ਬਾਅਦ ਫਿਰ ਮੰਮੀ ਸੌਣ ਤੋਂ ਬਾਅਦ ਫਿਰ ਉੱਠੇ, ਫਿਰ ਮੈਂ ਕਿਹਾ ਮੰਮੀ, ਮੈਨੂੰ ਲੱਗਿਆ, ਮੈਂ ਕਿਹਾ ਮੰਮੀ ਤੁਹਾਡੇ ਕੰਨਾਂ 'ਚ ਵਾਲੀਆਂ ਹੁੰਦੀਆਂ ਸੀ ਜਾਂ ਗਹਿਣੇ ਸੀ, ਉਹ ਹੈ ਨਹੀਂ। ਮੈਂ ਕਿਹਾ ਹੋਰ ਕੀ ਗਾਇਬ ਹੈ? ਤਾਂ ਮੰਮੀ ਨੇ ਕਿਹਾ ਮੇਰੇ ਕੜੇ ਵੀ ਗਾਇਬ ਹੈ, ਮੇਰੀ ਰਿੰਗ ਵੀ ਗਾਇਬ ਹੈ, ਮੇਰੀ ਚੇਨ ਵੀ ਗਾਇਬ ਹੈ। ਫਿਰ ਮੈਂ ਉਸ ਤੋਂ ਬਾਅਦ ਘਰ ਫੋਨ ਕੀਤਾ, ਮੈਂ ਕਿਹਾ ਕਿਰਾਏਦਾਰ ਨੂੰ ਪੁੱਛਦੇ ਹਾਂ ਵੀ ਸ਼ਾਇਦ ਉਹਨਾਂ ਨੇ ਨਾ ਦੇਖੀ ਹੋਵੇ। ਤਾਂ ਉਹਨਾਂ ਨੇ ਕਿਹਾ ਨਹੀਂ, ਜਦ ਆਂਟੀ ਸੀਗੇ ਉਹਨਾਂ ਦੇ ਕੋਈ ਗਹਿਣੇ ਨਹੀਂ ਸੀ। ਫਿਰ ਮੈਂ ਕਜ਼ਨ ਨੂੰ ਪੁੱਛਿਆ, ਮੈਂ ਕਿਹਾ ਸ਼ਾਇਦ MRI ਤੋਂ ਟਾਈਮ 'ਤੇ ਵੀ ਕਿ ਵੀ ਗਹਿਣੇ ਲਾ ਕੇ ਫੇਰ ਕਰਦੇ ਹਾਂ, ਉਹਨਾਂ ਨੇ ਨਾ ਕੀਤੇ ਹੋਵੇ। ਉਹ ਕਹਿੰਦੇ ਨਹੀਂ, ਉਹਨਾਂ ਦੇ ਵੀ ਕੋਈ ਗਹਿਣੇ ਨਹੀਂ ਸੀ। ਤੁਹਾਨੂੰ ਕੀ ਪਤਾ ਲੱਗਿਆ ਸੀ ਕੋਈ CCTV ਕੈਮਰੇ ਲੱਗੇ ਹੋਏ ਸੀ ਘਰ ਦੇ? ਨਹੀਂ, ਫਿਰ ਉਸ ਤੋਂ ਬਾਅਦ ਮੈਨੂੰ, ਮੈਂ ਕਿਹਾ ਮੰਮੀ ਨਹੀਂ ਤੁਸੀਂ ਦੱਸੋ ਕੋਈ ਕੌਣ ਬੰਦਾ ਆਇਆ ਸੀ। ਤਾਂ ਮੰਮੀ ਨੇ ਉਹ ਤੋਂ ਥੋੜ੍ਹਾ ਜਿਹਾ ਦਿਮਾਗ 'ਤੇ ਜ਼ੋਰ ਪਾ ਕੇ ਕਿਹਾ ਵੀ ਹਾਂ ਵੀ ਇੱਕ ਬੰਦਾ 2 ਵਾਰੀ ਆਇਆ ਸੀ, ਇੱਕ ਵਾਰੀ 11:00 ਵਜੇ, ਇੱਕ ਵਾਰੀ 1:30-2 ਵਜੇ ਦੇ ਵਿੱਚ। ਤਾਂ ਫਿਰ ਮਿਸਿਸ ਮੇਰੇ ਘਰ ਸੀਗੇ ਕਿਉਂਕਿ ਮੈਂ ਮੰਮੀ ਕੋਲ ਸੀ, ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਗਲੀ 'ਚ ਦੇਖੋ CCTV ਫੁਟੇਜ ਕਿਹੜੇ ਆਪਣੇ ਘਰ ਵੱਲ ਪੁਆਇੰਟ ਕਰਦੇ ਆ। ਤਾਂ ਲੱਕੀਲੀ ਘਰ ਦੇ ਕੋਲ ਹੀ ਘਰ ਦੇ ਵਿੱਚ ਜਿਹੜਾ ਕੈਮਰਾ ਇੱਧਰ ਪੁਆਇੰਟ ਕਰਦਾ ਸੀ, ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਸਾਨੂੰ 11:00 ਵਜੇ ਅਤੇ 1:30 ਵਜੇ ਦੀ ਦੇਖ ਕੇ ਦੱਸੋ। ਤਾਂ ਉਹਨਾਂ ਨੇ ਕਿਹਾ ਹਾਂ ਵਾਕਈ ਤੁਹਾਡੇ ਘਰ ਇੱਕ ਬੰਦਾ 35-40 ਸਾਲ ਦੀ ਉਮਰ ਦੇ ਵਿੱਚ ਵਾਈਟ ਕਲਰ ਦੇ ਐਕਟਿਵਾ ਜਾਂ ਐਕਸੈਸ ਸਕੂਟਰ ਟਾਈਪ ਦੇ ਵਿੱਚ ਆਇਆ ਸੀਗਾ। ਬੰਦੇ ਦਾ ਚਿਹਰਾ ਸਾਫ਼, ਕਾਫ਼ੀ ਮਤਲਬ ਪਹਿਚਾਨਿਆ ਜਾਣ ਲੋਕ ਕੈਪਚਰ ਹੋਇਆ। ਉਸ ਤੋਂ ਬਾਅਦ ਜਿਹੜੇ ਮੈਂ ਹੋਰ ਵੀ ਦੇਖੇ, ਜਿਹੜੇ ਹੋਰ ਵੀ CCTV ਫੁਟੇਜ ਹੈਗੇ, ਉਸ 'ਚ ਵੀ ਬੰਦਾ ਉਹਦਾ ਸਕੂਟਰ ਸਾਫ਼ ਨਜ਼ਰ ਆ ਰਿਹਾ ਵੀ ਉਹ ਇੱਧਰਲੇ ਪਾਸੇ ਆ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ, ਅਸੀਂ ਉਸੇ ਦਿਨ ਸ਼ਾਮ ਨੂੰ ਪੁਲਿਸ ਨੂੰ ਕੰਪਲੇਂਟ ਕੀਤੀ, ਅਤੇ ਪੁਲਿਸ ਕਾਰਵਾਈ ਕੀਤੀ। ਪੁਲਿਸ
ਜਿਵੇਂ ਕਿ ਇਹ ਗੋਬਿੰਦ ਕਲੋਨੀ ਦੇ ਵਿੱਚ ਰਹਿੰਦੇ ਆ, ਬਜ਼ੁਰਗ ਹੈ, 72 ਸਾਲ ਦੀ ਉਮਰ ਹੈ ਇਹਨਾਂ ਦੀ, ਇਹਨਾਂ ਦੀ ਯਾਦਦਾਸ਼ਤ ਜਿਹੜੀ ਹੈ ਉਮਰ ਦੇ ਹਿਸਾਬ ਨਾਲ ਥੋੜ੍ਹੀ ਬੰਦੇ ਦੀ ਘੱਟ ਜਾਂਦੀ ਹੈ, ਲੇਕਿਨ ਇਹਨਾਂ ਨੇ ਨਿਊਜ਼ 89 ਨੂੰ ਪੂਰੀ ਜਿਹੜੀ ਹੈ ਘਟਨਾ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ। ਅਤੇ ਅਸੀਂ ਤਾਂ ਇਹੀ ਦੇਖਾਂਗੇ ਵੀ ਰਾਜਪੁਰ 'ਚ ਜਿਹੜੀ ਹੈ ਪ੍ਰਤੀ ਦਿਨ ਹੋ ਰਹੀਆਂ ਰੋਜ਼ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਦੇ ਸਾਹਮਣੇ ਆ ਰਹੀਆਂ, ਰੋਜ਼ ਰਾਤੀ ਸੌਂਦੇ ਹਾਂ ਅਤੇ ਸਵੇਰੇ ਉੱਠਦੇ ਹੀ ਕੋਈ ਨਾ ਕੋਈ ਇਹੋ ਜਿਹੀ ਘਟਨਾ ਜਿਹੜੀ ਹੈ ਸਾਹਮਣੇ ਆਉਂਦੀ ਹੈ। ਅਸੀਂ ਜਿਹੜੇ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਇਸ ਔਰ ਧਿਆਨ ਦੇਣ, ਇੱਕ ਬਜ਼ੁਰਗ ਔਰਤ ਨੂੰ ਘਰ ਵੜ ਕੇ ਸਰੇਆਮ, ਇੰਨੀ ਪੌਸ਼ ਏਰੀਆ ਗੋਬਿੰਦ ਕਲੋਨੀ ਮੰਨਿਆ ਜਾਂਦਾ ਹੈ ਰਾਜਪੁਰਾ ਸ਼ਹਿਰ ਦਾ, ਉੱਥੇ ਇੱਕ ਬਜ਼ੁਰਗ ਔਰਤ ਨੂੰ ਆ ਕੇ ਸਰੇਆਮ ਉਹਨਾਂ ਦੇ ਗਹਿਣੇ ਲੁੱਟ ਕੇ ਲੈ ਜਾਣਾ, ਉਹਨਾਂ ਨੂੰ ਬੇਹੋਸ਼ ਕਰਨਾ, ਇੱਕ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਵੀ ਖੜਾ ਕਰਦਾ ਹੈ। ਅਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਉਮੀਦ ਲਾਵਾਂਗੇ ਕਿ ਇਸ ਜਿਹੜਾ ਇਸ ਘਰ ਦੇ ਵਿੱਚ ਜਿਹੜੀ ਵੀ ਚੋਰੀ ਹੋਈ ਹੈ ਉਸ ਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਅਤੇ ਰਾਜਪੁਰ 'ਚ ਹੋ ਰਹੀ ਚੋਰੀਆਂ 'ਤੇ ਨਕੇਲ ਪਾਉਣ। ਰਾਜਪੁਰਾ ਤੋਂ ਕੈਮਰਾਮੈਨ ਅਮਨ ਅਰੋੜਾ ਦੇ ਨਾਲ ਸੰਦੀਪ ਚੌਧਰੀ, ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬਿਨੂ ਢਿੱਲੋਂ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ 89। ਜੇ ਤੁਸੀਂ ਇਸ ਚੈਨਲ ਨੂੰ ਮਾਣਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਗੁਣ ਮਹਿਤਾ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ 89 ਚੈਨਲ। ਦੁਨੀਆ ਭਰ ਕੀ ਤਾਜ਼ਾ ਅਪਡੇਟਸ ਕੇ ਲਈ ਨਿਊਜ਼ 89 ਚੈਨਲ ਕੋ ਅਭੀ ਸਬਸਕ੍ਰਾਈਬ ਕਰੇ ਔਰ ਕਲਿੱਕ ਕਰੇ ਬੈਲ ਆਇਕਨ ਪਰ। ਧੰਨਵਾਦ।